ਧਰਵੀ ਹੇਠਾਂ ਡਿੱਗਣ ਲੱਗ ਗਈ ਤੇ ਬਦਰੀਨਾਥ ਯਾਤਰਾ ਚ ਰੁਕਾਵਟ ਪੈਦਾ ਕੀਤੀ ਗਈ ਹੈ ਸੜਕ ਬਹਾਲ ਹੋਣ ਤੱਕ ਜੋ ਸਮਾਂ ਹੈ ਉਹ ਲੱਗੇਗਾ ਮੌਕੇ ਤਸਵੀਰਾਂ ਸਾਹਮਣੇ ਆਈਆਂ ਨੇ ਇਨਫੈਕਟ ਵੀਡੀਓ ਤੁਸੀਂ ਦੇਖ ਪਾ ਰਹੇ ਹੋ ਵੇਖਿਆ ਜਾ ਸਕਦਾ ਹੈ ਕਿ ਕਿਵੇਂ ਵੱਡੇ ਵੱਡੇ ਜੋ ਡਿੱਗਾਂ ਨੇ ਉਹ ਡਿੱਗੀਆਂ ਹੋਈਆਂ ਸੜਕ ਤੇ ਵਿਖਾਈ ਦੇ ਰਹੀਆਂ ਨੇ ਇਨਫੈਕਟ ਆਵਾਜ਼ ਵੀ ਬਹੁਤ ਜ਼ੋਰ ਆ ਰਹੀ ਹੈ ਗਨੀਮਤ ਆ ਰਹੀ ਕਿ ਉੱਥੋਂ ਕੋਈ ਵਾਹਨ ਗੁਜ਼ਰ ਰਿਹਾ ਸੀ ਜੇ ਵਾਹਨ ਗੁਜ਼ਰ ਰਿਹਾ ਹੁੰਦਾ ਹੈ ਤੇ ਉਹ ਵੀ ਇਸ ਦੀ ਚਪੇਟ 'ਚ ਆ ਸਕਦਾ ਸੀ ਬਦਰੀਨਾਥ ਯਾਤਰਾ 'ਚ ਰੁਕਾਵਟ ਆਈ ਹੈ ਕਿਉਂਕਿ ਜੋ ਪੂਰਾ ਰਸਤਾ ਹੈ ਹਾਈਵੇ ਹੈ ਉਹ ਬਲੌਕ ਹੋ ਗਿਆ ਹੈ ਜੈਮ ਹੋ ਗਿਆ ਹੈ ਜ਼ਾਹਰ ਜੀ ਗੱਲ ਹੈ ਕਿ ਪ੍ਰਸ਼ਾਸਨ ਦੇ ਵੱਲੋਂ ਇਹਨਾਂ ਡਿੱਗਾਂ ਹਟਾਉਣ ਦਾ ਕੰਮ ਲਗਾਤਾਰ ਜਾਰੀ ਹੋਣਾ ਹੈ ਤੇ ਸੜਕ ਬਹਾਲ ਹੋਣ 'ਚ ਹਾਲੇ ਸਮਾਂ ਲੱਗੇਗਾ ਡਿੱਗੀਆਂ ਹੋਈਆਂ ਵਿਖਾਈ ਦੇ ਰਹੀਆਂ ਨੇ ਭਾਰੀ ਲੈਂਡ ਸਲਾਈਡਿੰਗ ਹੋਈ ਹੈ ਬਦਰੀਨਾਥ ਯਾਤਰਾ ਚ ਰੁਕਾਵਟ ਵੀ ਆਈ ਹੈ ਸੜਕ ਬਹਾਲ ਹੋਣ 'ਚ ਹਾਲੇ ਸਮਾਂ ਲੱਗੇਗਾ ਕਿਉਂਕਿ ਜੋ ਮਲਬਾ ਹੈ ਵੱਡੀ ਤਾਦਾਦ ਜਿਸ ਕਰਕੇ ਜੋ ਪੂਰਾ ਹਾਈਵੇ ਹੈ ਉਹ ਬਲੌਕ ਹੋ ਗਿਆ ਹੈ ਜ਼ਾਹਰ ਜੀ ਗੱਲ ਹੈ ਕਿ ਪ੍ਰਸ਼ਾਸਨ ਦੇ ਵੱਲੋਂ ਮਲਬਾ ਹਟਾਉਣ ਦਾ ਕੰਮ ਲਗਾਤਾਰ ਜਾਰੀ ਹੋਣਾ ਹੈ ਪਰ ਸੜਕ ਬਹਾਲ ਹੋਣ 'ਤੇ ਹਾਲੇ ਸਮਾਂ ਲੱਗੇਗਾ ਨਿਊਜ਼ ਟੀਮ ਤੇ ਸਭ ਤੋਂ ਪਹਿਲਾਂ ਐਕਸਕਲੂਸਿਵ ਤਸਵੀਰਾਂ ਤੁਸੀਂ ਦੇਖ ਪਾ ਰਹੇ ਹੋ ਜੋਸ਼ੀ ਮੱਠ ਦੀਆਂ ਆ ਤਸਵੀਰਾਂ ਨੇ ਦੇਖੋ ਵੱਡਾ ਹਿੱਸਾ ਪਹਾੜ ਦਾ ਦਰਕ ਗਿਆ ਤੇ ਹੇਠਾਂ ਡਿੱਗਦੇ ਹੋਏ ਵੱਡੇ ਵੱਡੇ ਪੱਥਰ ਤਮਾਮ ਤਸਵੀਰਾਂ 'ਚ ਦੇਖੇ ਜਾ ਸਕਦੇ ਨੇ ਹਾਲਾਂਕਿ ਤਸਵੀਰਾਂ 'ਚ ਜੋ ਡੋਗੀਜ਼ ਨੇ ਛੋਟੇ ਛੋਟੇ ਉਹ ਵੀ ਵਿਖਾਈ ਦੇ ਰਹੇ ਨੇ ਜਿਵੇਂ ਇਹ ਪੂਰਾ ਹਾਦਸਾ ਵਾਪਰਿਆ ਤੇ ਉਹ ਵੀ ਉਰਲੇ ਪਾਸੇ ਭੱਜਦੇ ਹੋਏ ਵਿਖਾਈ ਦੇ ਰਹੇ ਨੇ ਅਚਾਨਕ ਜੋ ਵੱਡੇ ਵੱਡੇ ਡਿੱਗਾਂ ਸੀ ਉਹ ਡਿੱਗਣੀਆਂ ਸ਼ੁਰੂ ਹੋ ਗਈਆਂ ਕਿਉਂਕਿ ਭਾਰੀ ਬਾਰਿਸ਼ ਦੇ ਕਰਕੇ ਥਾਂ ਥਾਂ 'ਤੇ ਦੱਸਦੇ ਕਿ ਜੋ ਮਿੱਟੀ ਹੁੰਦੀ ਹੈ ਪਹਾੜਾਂ ਦੀ ਕਿੰਨਾ ਕਿੰਨੀ ਸੌਫਟ ਹੋ ਜਾਂਦੀ ਹੈ ਅਤੇ ਆਹੀ ਹਾਦਸੇ ਦਾ ਕਾਰਨ ਉੱਤਰਾਖੰਡ 'ਚ ਭਾਰੀ ਬਰਸਾਤ ਨੇ ਕਹਿਰ ਮਚਾਇਆ ਹੋਇਆ ਹੈ ਦੱਸ ਕੇ ਹਰ ਪਾਸੇ ਪਾਣੀ ਹੀ ਪਾਣੀ ਵੇਖਿਆ ਜਾ ਸਕਦਾ ਹੈ ਸੀਐਮ ਪੁਸ਼ਕਰ ਧਾਮੀ ਨੇ ਏਰੀਅਲ ਸਰਵੇ ਕੀਤਾ ਹੈਲੀਕਾਪਟਰ ਤੋਂ ਜਾਣੇ ਪੂਰੀ ਜ਼ਿਲ੍ਹੇ ਦੇ ਖੇਤਰਾਂ ਦੇ ਹਾਲਾਤ ਉਹਨਾਂ ਦੇ ਵੱਲੋਂ ਜਾਣੇ ਉੱਤਰਾਖੰਡ 'ਚ ਭਾਰੀ ਬਰਸਾਤ ਦੇ ਵੱਲੋਂ ਕਹਿਰ ਜੋ ਹੈ ਉਹ ਬਚਿਆ ਹੋਇਆ ਹੈ ਥਾਂ ਥਾਂ 'ਤੇ ਚੱਪੇ ਚੱਪੇ 'ਤੇ ਪਾਣੀ ਹੀ ਪਾਣੀ ਤਮਾਮ ਤਸਵੀਰਾਂ ਤੁਸੀਂ ਵੇਖ ਪਾ ਰਹੇ ਹੋ ਸੀਐਮ ਪੁਸ਼ਕਰ ਧਾਮੀ ਦੇ ਵੱਲੋਂ ਹੈਲੀਕਾਪਟਰ 'ਤੇ ਏਰੀਅਲ ਸਰਵੇ ਯਾਨੀ ਕਿ ਸਰਵੇਖਣ ਕੀਤਾ ਗਿਆ ਹਾਲ ਚਾਲ ਜਾਣਿਆ ਗਿਆ ਕਿ ਜੋ ਤਮਾਮ ਸੂਬਾ ਹੈ ਉਸਦੀ ਸਥਿਤੀ ਕੀ ਹੈ ਪਰ ਚਾਰ ਚੁਪੇਰੇ ਤੁਸੀਂ ਵੇਖ ਪਾ ਰਹੇ ਹੋ ਏਰੀਅਲ ਤਸਵੀਰਾਂ ਨੇ ਯਾਨੀ ਕਿ ਜਹਾਜ਼ ਤੋਂ ਲਈਆਂ ਗਈਆਂ ਨੇ ਆ ਤਮਾਮ ਤਸਵੀਰਾਂ ਵੇਖਿਆ ਜਾ ਸਕਦਾ ਕਿ ਹਰ ਪਾਸੇ ਪਾਣੀ ਹੀ ਪਾਣੀ ਤਸਵੀਰਾਂ 'ਚ ਨਜ਼ਰ ਆ ਰਿਹਾ ਹੈ ਅਤੇ ਸੀਐਮ ਪੁਸ਼ਕਰ ਧਾਮੀ ਦੇ ਵੱਲੋਂ ਏਰੀਅਲ ਸਰਵੇ ਕੀਤਾ ਗਿਆ ਤਮਾਮ ਤਸਵੀਰਾਂ ਅੱਗੇ ਵਧਾਂਗੇ ਗੱਲ ਕਰਾਂਗੇ ਦਿੱਲੀ ਦੀ ਕਿਡਨੀ ਟ੍ਰਾਂਸਪਲਾਂਟ ਰੈਕਟ ਦਾ ਪਰਦਾਫਾਸ਼ ਹੋਇਆ ਹੈ ਦਿੱਲੀ ਕ੍ਰਾਈਮ ਬ੍ਰਾਂਚ ਨੇ ਡਾਕਟਰ ਸਣੇ 7 ਨੂੰ ਕਾਬੂ ਕੀਤਾ ਹੈ ਗ੍ਰਿਫਤਾਰ ਕ੍ਰਾਈਮ ਬ੍ਰਾਂਚ ਨੇ ਨਾਮੀ ਮਹਿਲਾ ਡਾਕਟਰ ਨੂੰ ਕਾਬੂ ਕੀਤਾ ਹੈ ਦੱਸ ਦਈਏ ਕਿ ਮਹਿਲਾ ਡਾਕਟਰ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਹੈ ਦਿੱਲੀ ਤੋਂ ਲੈ ਕੇ ਦਰਅਸਲ ਬਾਂਗਲਾਦੇਸ਼ ਤੱਕ ਫੈਲਿਆ ਸੀ ਪੂਰਾ ਨੈਟਵਰਕ ਯਾਨੀ ਨੈਕਸਸ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ 'ਚੋਂ 3 ਬਾਂਗਲਾਦੇਸ਼ੀ ਵੀ ਸ਼ਾਮਲ ਨੇ ਦਿੱਲੀ NCR ਦੇ 2 ਨਾਮੀ ਹਸਪਤਾਲ ਵੀ ਸ਼ੱਕ ਦੇ ਘੇਰੇ 'ਚ ਨੇ 2019 ਤੋਂ ਚੱਲ ਰਿਹਾ ਸੀ ਮਨੁੱਖੀ ਅੰਗਾਂ ਦੀ ਤਸਕਰੀ ਦਾ ਪੂਰਾ ਰੈਕਟ ਟ੍ਰਾਂਸਪਲਾਂਟ ਦੇ ਲਈ ਲੈਂਦੇ ਸਨ 20 ਤੋਂ 30 ਲੱਖ ਰੁਪਏ ਤੇ ਵੱਡੇ ਰੈਕਟ ਦਾ ਪਰਦਾਫਾਸ਼ ਕੀਤਾ ਗਿਆ ਤਮਾਮ ਤਸਵੀਰਾਂ ਜੋ ਕਿ ਕ੍ਰਾਈਮ ਬ੍ਰਾਂਚ ਦੇ ਵੱਲੋਂ ਵੱਡੀ ਗ੍ਰਿਫਤਾਰੀਆਂ ਕੀਤੀਆਂ ਗਈਆਂ ਨੇ ਦਿੱਲੀ ਕ੍ਰਾਈਮ ਬ੍ਰਾਂਚ ਨੇ ਡਾਕਟਰ ਸਣੇ 7 ਨੂੰ ਗ੍ਰਿਫਤਾਰ ਕੀਤਾ ਹੈ ਕ੍ਰਾਈਮ ਬ੍ਰਾਂਚ ਨੇ ਨਾਮੀ ਮਹਿਲਾ ਡਾਕਟਰ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ ਦਿੱਲੀ ਤੋਂ ਲੈ ਕੇ ਬਾਹਰਲੇ ਮੁਲਕ ਬਾਂਗਲਾਦੇਸ਼ ਤੱਕ ਪੂਰਾ ਨੈਟਵਰਕ ਫੈਲਿਆ ਹੋਇਆ ਸੀ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ 'ਚੋਂ 3 ਬਾਂਗਲਾਦੇਸ਼ੀ ਵੀ ਸ਼ਾਮਲ ਨੇ ਦਿੱਲੀ NCR ਦੇ 2 ਨਾਮੀ ਹਸਪਤਾਲ ਵੀ ਸ਼ੱਕ ਦੇ ਘੇਰੇ 'ਚ ਯਾਨੀ ਕਿ ਤਮਾਮ ਇਨਵੈਸਟੀਗੇਸ਼ਨ ਹਾਲੇ ਵੀ ਇਸ ਮੁੱਦੇ ਤੇ ਮਸਲੇ ਤੇ ਲਗਾਤਾਰ ਜਾਰੀ ਹੈ ਕਿਉਂਕਿ ਵੱਡਾ ਨੈਕਸਸ ਦੱਸਿਆ ਜਾ ਰਿਹਾ ਹੈ ਕਿ ਇਸ ਦਾ ਜੋ ਨੈਟਵਰਕ ਹੈ ਵੱਡੀ ਤਾਦਾਦ 'ਚ ਖੁੱਲਿਆ ਹੋਣਾ ਹੈ ਅਤੇ ਪੂਰੇ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜੋ ਜੋ ਮੁਲਜ਼ਮ ਇਸ ਤਮਾਮ ਰੈਕਟ ਸ਼ਾਮਲ ਨੇ
ਉਹਨਾਂ ਤੇ ਨਕੇਲ ਕਸੀ ਜਾ ਸਕੇ। 2019 ਤੋਂ ਦਰਅਸਲ ਮਨੁੱਖੀ ਅੰਗਾਂ ਦੀ ਤਸਕਰੀ ਦਾ ਰੈਕਟ ਆ ਮੁਲਜ਼ਮਾਂ ਦੇ ਵੱਲੋਂ ਚਲਾਇਆ ਜਾ ਰਿਹਾ ਸੀ। ਟਰਾਂਸਪਲਾਂਟ ਲਈ 20 ਤੋਂ 30 ਲੱਖ ਰੁਪਏ ਇਹਨਾਂ ਦੇ ਵੱਲੋਂ ਲਏ ਜਾਂਦੇ ਸੀ। ਮੇਰਾ ਮੇਰੇ ਸਹਿਯੋਗੀ ਆਨੰਦ ਤਿਵਾਰੀ ਫੋਨ ਲਾਈਨ ਤੇ ਮੌਜੂਦ ਨੇ। ਆਨੰਦ, ਕਿਡਨੀ ਟਰਾਂਸਪਲਾਂਟ ਰੈਕਟ ਕਾ ਬੜਾ ਪਰਦਾਫਾਸ਼, ਇਹ ਜੋ ਰੈਕਟ ਕਾ ਪਤਾ ਪੁਲਿਸ ਕੋ ਕਿਸ ਤਰੀਕੇ ਸੇ ਚਲਾ? देखिए, लगातार दिल्ली पुलिस की क्राइम ब्रांच को ऐसे इनपुट मिल रहे थे कि बांग्लादेश से कुछ इस तरह की गतिविधियां चल रही हैं जिसमें कि कुछ लोगों के जो है वो किडनी ट्रांसप्लांट किए जा रहे हैं, जिसके बाद जो दिल्ली पुलिस क्राइम ब्रांच की इंटर स्टेट सेल है उसने इस सिंडिकेट पे काम करना शुरू करा और कुल 7 लोगों की गिरफ्तारी हुई है, जिसमें 3 जो नागरिक है वो बांग्लादेश से ताल्लुक रखते हैं। इसके अलावा एक महिला डॉक्टर है जो एक दिल्ली के नामी अस्पताल में पार्ट टाइम जॉब करती थी, उनको गिरफ्तार किया गया है। इसके अलावा रिसीवर और 2 मिडिलमैन जो है उन्हें भी गिरफ्तार किया गया है। 2019 से पूरा रैकेट चल रहा था, इसमें दिल्ली और एनसीआर के 2 बड़े नामी जो अस्पताल हैं उनकी भूमिका संदेहास्पद पाई गई है, जिनसे की पुलिस लगातार पूछताछ कर रही है। पुलिस को बांग्लादेश हाई कमीशन के कई फर्जी दस्तावेज भी बरामद हुए हैं। इसके अलावा एक किडनी डोनर से 4 से 5 लाख रुपए लिए जाते थे और रिसीवर को करीबन 20 से 25 लाख रुपए में आगे ये किडनी बेची जाती थी। और जो डॉक्टर हैं, जो इस डॉक्टर जो पकड़ी गई है 50 साल जिनकी उम्र है, जो चेन्नई की रहने वाली हैं, ये 2 लाख रुपए हर एक सर्जरी का लेती थी। तो एक बड़ा सिंडिकेट जो है ये काम कर रहा था और उसमें अभी कुछ और लोगों की भूमिका जो है वो संदेहास्पद है, जिसको लेकर लगातार जो क्राइम ब्रांच है वो कार्रवाई कर रही है। जी जी, बहुत बहुत शुक्रिया आनंद हमें तमाम जानकारी देने ते। बड़े रैकेट का पर्दाफाश किया गया, फेक डॉक्यूमेंट्स बरामद किए गए ने। जो डोनर होंदा सी किडनी दा, उस तो 4 तो 5 लाख रुपए एक किडनी ले लई जांदे सी। हालांकि रिसीवर नु ओही किडनी 20 तो 25 लाख च वेची जांदी सी, यानी कि 3 गुना अमाउंट ते वड्डा आ रैकेट चलाया जा रहा सी। 2019 तो ते हुण जाहिर जी गल है कि गिरफ्तारियां हो चुकी ने, पुछ गिछ होर भी कई वड्डे खुलासे आन वाले दिनां च हो सकदे। अगे वधांगे ते गल करांगे डेराबसी दी। डेराबसी तो 7 नाबालक मुंडे लापता होए दस्से जा रहे ने। भगत सिंह नगर ते बाफकरा दे 7 बच्चे लापता ने, यानी कि मिसिंग ने। पिछले 36 घंटिया तो बच्चियां दी कोई भी खबर मापिया तक नहीं पहुंची है। एतवार सवेरे 5 बजे खेडन गए सी सारे ही बच्चे। आ मापिया का कहना, बच्चियां दे मापिया दा रो रो के बुरा हाल है, बेचारे परेशान ने। पुलिस दे वल्लों बच्चियां दी पाल लगातार की जा रही है। बच्चियां दे इक दोस्त ने दस्या है कि मुंबई जान दी गल कह रहे सन सारे बच्चे, पर घरों भजन दी गल भी उन्हां दे वल्लों की जा रही सी। तमाम बच्चियां दी तस्वीरां तुसीं वेख पा रहे हो एक एक करके। खब्बे पासे डेरा बस्ती तो 7 नाबालक मुंडे लापता दस्से जा रहे हैं। हालांकि ऐतवार तो ही लापता दस्से जा रहे हैं, इन्हां दा कोई थौ पता हुण तक नहीं चल पाया। पिछले 36 घंटिया तो बच्चियां दी कोई भी खबर नहीं है। हालांकि परिवार जनिया दा रो रो के बुरा हाल है, मापिया बड़े परेशान ने, बच्चियां दे मापे परेशान हो रहे ने। एतवार सवेरे 5 बजे कह के गए सी कि असीं खेडन जा रहे ना, पर उस तो बाद कार वापस नहीं परते। पर पुलिस दे वल्लों तमाम जो है जांच पड़ताल की जा रही है, पर इन्हां बच्चियां दी लगातार की जा रही है। हालांकि एक बच्चे का कहना है कि मुंबई जाने की गल इन्हां बच्चियां दे वल्लों आखी जा रही सी, ते घरों भजन की गल भी आपस च कर रहे सन। आ एक जो दोस्त बच्चा है उसके वालों आ दस्या, पर पता सवाल निशान की